ਨੀਟੂ ਜੀ, ਇੱਕ ਵੱਡਾ ਪੰਗਾ ਲੈਣ ਲੱਗੇ ਹੋ। ਪਹਿਲਾਂ ਤਾਂ ਜਲੰਧਰੋਂ ਹੀ ਚੋਣਾਂ ਲੜਦੇ ਹੁੰਦੇ ਸੀਗੇ ਅਤੇ ਹੁਣ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਮੈਦਾਨ 'ਚ ਉਤਰਨ ਲੱਗੇ ਹੋ। ਦੇਖੋ ਜੀ, ਆਪਾਂ ਪਹਿਲਾਂ ਰੱਬ ਦਾ ਨਾਮ ਲਓਗੇ ਫਿਰ ਗੱਲ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਵਾਲਮੀਕਿ ਹਰਿ ਵਾਲਮੀਕਿ, ਜੈ ਭੀਮ, ਜੈ ਭਾਰਤ, ਜੈ ਵਾਲਮੀਕਿ ਹਰਿ ਵਾਲਮੀਕਿ ਜੀ। ਹਲਾ ਲੁਈਆ ਗੌਂਸ ਪਾ, ਖੁਸ਼ਾਂ ਦਾ ਅੱਲਾ ਤਾਲਾ ਸਭ ਨੂੰ ਖੁਸ਼ ਰੱਖੇ। ਤੁਸੀਂ ਨਿਰੰਕਾਰ, ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼ ਲਓ। ਔਰ ਸਾਡੇ ਸਤਿਗੁਰ ਰਵਿਦਾਸ ਮਹਾਰਾਜ, ਔਰ ਸਦਾ ਹੀ ਕਿਰਪਾ ਸਾਡੇ ਗੁਰੂ ਜੀ ਸਭ ਦੇ ਕਰਨ। ਔਰ ਜਕਾਰਾ ਵਾਂ ਚਿੰਤਪੁਰਨੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਦੇਖੋ ਜੀ, ਅਸੀਂ ਕੌਣ ਹੁੰਦੇ ਲੜਨ ਵਾਲੇ? ਸਤਿਗੁਰ ਰਵਿਦਾਸ ਮਹਾਰਾਜ ਕਿਰਪਾ ਕੀਤੀ ਆ ਜੀ, ਜਿਸ ਤਰ੍ਹਾਂ ਦਾ ਜਨਮ ਸਥਾਨ ਆ ਜੀ। ਅੱਜ ਜ਼ਰੂਰੀ ਨਹੀਂ ਕਿ ਉਹ ਨਰਿੰਦਰ ਮੋਦੀ ਸਾਹਮਣੇ, ਉੱਥੇ ਨਰਿੰਦਰ ਮੋਦੀ ਸਾਹਮਣੇ ਪ੍ਰਧਾਨ ਮੰਤਰੀ ਜੀ ਸਾਡੇ ਖੜ੍ਹੇ ਆ, ਅਸੀਂ ਉਹਨਾਂ ਨਾਲ ਲੜਨ ਚੱਲੇ। ਨਹੀਂ, ਵਾਰਾਣਸੀ ਸਾਡੇ ਗੁਰੂਆਂ ਦਾ ਸਥਾਨ ਵਾ, ਸਾਡੇ ਰਹਿਬਰਾਂ ਦਾ ਸਥਾਨ ਆ ਵੀ, ਉੱਥੇ ਸਾਨੂੰ ਜਾ ਕੇ ਸਾਡੀ ਰੂਹ ਨੂੰ ਸਕੂਨ ਮਿਲਦਾ ਵਾ। ਅਤੇ ਅਸੀਂ ਸਤਿਗੁਰ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਰਹੇ ਹਾਂ। ਸਾਨੂੰ ਕੋਈ ਫਰਕ ਨਹੀਂ ਪੈਂਦਾ ਵਾ, ਜਿਹੜਾ ਮਰਜ਼ੀ ਖੜਾ ਹੋ ਜਾਵੇ, ਜਿਹੜਾ ਮਰਜ਼ੀ ਜਿੱਤ ਜਾਵੇ। ਜਿਤਨਾ ਤਾਂ ਨਰਿੰਦਰ ਮੋਦੀ ਸਾਹਿਬ ਨੇ ਆ, ਸਾਡੇ ਦੇਸ਼ ਦੇ PM ਆ, ਸਾਨੂੰ ਪਤਾ ਵਾ, ਇਹ ਸਾਰੀ ਦੁਨੀਆਂ ਨੂੰ ਪਤਾ ਵਾ। ਅਤੇ ਜੇ ਗੱਲ ਕਰੀਏ, ਅਸੀਂ ਵੀ ਗਰੀਬ ਬੰਦੇ ਖੜੇ ਹੋ ਗਏ, ਤਾਂ ਮਤਲਬ ਸਾਡਾ ਫਰਕ ਨਹੀਂ ਉਹਨੂੰ ਪੈਣਾ ਕੁਛ। ਜੇ ਸਮੁੰਦਰ 'ਚ ਦੋ ਬਾਲਟੀਆਂ ਭਰਦਾ ਕੋਈ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਗੱਲ ਇਹ ਆ ਕਿ ਜਿੱਥੇ ਸਾਡੇ ਸਤਿਗੁਰ ਰਵਿਦਾਸ ਮਹਾਰਾਜ ਬਿਰਾਜਮਾਨ, ਜਿਸ ਧਰਤੀ 'ਤੇ ਉਹਨਾਂ ਦੇ ਚਰਨ ਪਏ ਆ, ਸਾਨੂੰ ਇੰਨੀ ਖੁਸ਼ੀ ਆ ਵੀ ਅਸੀਂ ਉਹ ਧਰਤੀ 'ਤੇ ਚੱਲੇ ਹਾਂ ਵੀ, ਮਤਲਬ ਇਲੈਕਸ਼ਨ 'ਤੇ ਸਾਡਾ ਨਾਮ ਆ ਰਿਹਾ, ਬਸ ਸਾਨੂੰ ਆਹ ਖੁਸ਼ੀ ਆ। ਸਾਨੂੰ ਨਰਿੰਦਰ ਮੋਦੀ ਦਾ ਕੋਈ ਲੈਣ ਦੇਣ ਨਹੀਂ ਹੈਗਾ, ਇਹ ਮਤਲਬ ਕੋਈ ਹੈ ਇਨਸਾਨ ਹੀ ਆ। ਸਾਡੇ ਗੁਰੂਆਂ ਤੋਂ ਉੱਤੇ ਥੋੜ੍ਹੀ ਹੋ ਸਕਦਾ ਕੋਈ, ਕੋਈ ਨਹੀਂ ਹੋ ਸਕਦਾ। ਨਾ ਡਾਕਟਰ ਭੀਮ ਰਾਓ ਬਾਬਾ ਸਾਹਿਬ ਤੋਂ ਉੱਤੇ ਹੋ ਸਕਿਆ, ਸੰਵਿਧਾਨ ਤੋਂ ਉੱਤੇ ਕੋਈ ਨਹੀਂ ਹੋ ਸਕਿਆ, ਕਿਉਂਕਿ ਸੰਵਿਧਾਨ ਆ ਤੇ ਪ੍ਰਧਾਨ ਮੰਤਰੀ ਆ, ਸੰਵਿਧਾਨ ਆ ਤੇ ਰਾਸ਼ਟਰਪਤੀ ਆ, ਸੰਵਿਧਾਨ ਆ ਤੇ ਪੁਲਿਸ ਮੁਲਾਜ਼ਮ ਆ, ਸੰਵਿਧਾਨ ਆ ਤੇ ਡਾਕਟਰ ਆ, ਸੰਵਿਧਾਨ ਆ ਤੇ ਹਰ ਇੱਕ ਜਾਨਵਰ, ਪਸ਼ੂ, ਪਕਸ਼ੀ, ਸਭ ਕਾਨੂੰਨ ਦੀ ਧਾਰਾ ਜਿਹੜੀ ਇੱਕ ਸੰਵਿਧਾਨ ਦੇ ਵਿੱਚ ਲਿਖੀ ਆ। ਉਹ ਸੰਵਿਧਾਨ ਕਹਿੰਦਾ ਵਾ ਕਿ ਜੇ ਮਤਲਬ ਕਿ ਕੋਈ ਇਲੈਕਸ਼ਨ ਹੁੰਦੇ ਆ ਜਾਂ ਪ੍ਰੋਪਾਗੈਂਡਾ ਸੈਕਟਰੀ ਹੁੰਦੀ, ਇਲੈਕਸ਼ਨ ਚੱਲ ਰਹੇ ਹੁੰਦੇ ਆ, ਜੇ ਉਹਦੇ ਵਿੱਚ ਕੋਈ ਖੜਾ ਹੀ ਨਹੀਂ ਹੋਗਾ ਤਾਂ ਫਿਰ ਇੱਕ ਤਰਫਾ ਸਰਕਾਰ ਹੋ ਜਾਏਗੀ, ਫਿਰ ਉਹ ਸੰਵਿਧਾਨ ਨੂੰ ਵੀ। ਹੋਰ ਵੀ ਪਾਰਟੀਆਂ, ਇੰਡੀਅਨ ਅਲਾਇੰਸ ਹੋਣ ਲੱਗਾ ਵਾ, ਹੋਰ ਵੀ ਆਜ਼ਾਦ ਉਮੀਦਵਾਰ ਉੱਥੇ ਖੜੇ ਹੋਣਗੇ। ਤੁਸੀਂ ਪੰਜਾਬ ਛੱਡ ਕੇ ਉੱਥੇ ਜਾਣਾ ਹੈਗਾ, ਇੱਕ ਸਮਾਂ ਸੀਗਾ ਜਦੋਂ ਤੁਸੀਂ ਕਿਹਾ ਕਿ ਮੈਨੂੰ ਘਰਦਿਆਂ ਦੇ ਵੋਟਾਂ ਨਹੀਂ ਪਈਆਂ, ਤੇ ਉੱਥੇ ਫਿਰ ਕੀ ਹਾਲ ਹੋਊਗਾ? ਕਾਫੀ ਲੋਕੀ ਡਰਾਈ ਜਾਂਦੇ, ਧਮਕੀਆਂ ਦੇਈ ਜਾਂਦੇ ਕਿ ਮੋਦੀ ਸਾਹਿਬ ਤੁਹਾਨੂੰ ਅੰਦਰ ਕਰ ਦੂਗੇ, ਮੋਦੀ ਸਾਹਿਬ ਤੁਹਾਨੂੰ ਬਾਅਦ ਚੋਂ ਲੱਭਣ ਨਹੀਂ ਦਊਗੇ, ਮੋਦੀ ਸਾਹਿਬ ਤੁਹਾਨੂੰ ਆਹ ਕਰ ਦੂਗੇ, ਲੋਕੀ ਕਹਿੰਦੇ। ਮੈਂ ਕਿਹਾ ਯਾਰ, ਕਿ ਮੈਂ ਮੋਦੀ ਸਾਹਿਬ ਦਾ ਕੀ ਵਿਗਾੜਿਆ ਵਾ, ਤੇ ਆਹ ਧਮਕੀਆਂ ਵੀ ਆਉਣ ਲੱਗ ਪਈਆਂ ਵਾ, ਤੇ ਜਿਨ੍ਹਾਂ ਨੇ, ਤੇ ਮੈਂ ਮੋਦੀ ਸਾਹਿਬ ਅੱਗੇ ਅਪੀਲ ਕਰੂੰਗਾ, ਦੇਸ਼ ਦੇ ਪ੍ਰਧਾਨ ਮੰਤਰੀ ਜੀ ਅੱਗੇ, ਵੀ ਜਿਹੜਾ ਬੰਦਾ ਵੀ ਧਮਕੀ ਦੇ ਰਿਹਾ, ਮੈਂ ਤੁਹਾਡੇ ਕੈਮਰੇ ਦੇ ਮੋਹਰੇ ਜਾ ਕੇ ਕਰਾਂਗਾ ਜੀ। ਆਹ ਦੇਖੋ ਜੀ, ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਅੱਗੇ ਅਪੀਲ ਕਰਾਂਗਾ ਕਿ ਆ ਜਿਹੜਾ ਵੀ ਬੰਦਾ ਹੈਗਾ ਵਾ, ਤੁਹਾਡਾ ਨਾਮ ਲੈ ਕੇ ਧਮਕੀਆਂ ਦੇ ਰਿਹਾ ਬੰਦਾ, ਔਰ ਇਹ ਗਲਤ ਗੱਲ ਵਾ। ਦੇਖੋ, ਚਲੋ ਵੋਟਾਂ ਦੀ ਹਾਰ ਜਿੱਤ ਹੁੰਦੀ ਰਹਿੰਦੀ ਆ, ਕੱਲ੍ਹ ਮਤਲਬ ਗੱਲ ਕਰੋ ਜੀ, ਕਾਂਗਰਸ ਜਿੱਤੀ ਆ ਜਾਂ ਅਕਾਲੀ ਦਲ ਜਾਂ ਬਹੁਜਨ ਸਮਾਜ ਪਾਰਟੀ, ਕੋਈ ਪਾਰਟੀ ਹੈ ਜਿਹੜੀ ਲੋਕਾਂ ਨੂੰ ਨੌਕਰੀ ਦਿੰਦੀ ਆ, ਪੰਜਾਬ ਨੂੰ GST ਖਤਮ ਕਰਦੀ ਆ, ਜੇ ਪੰਜਾਬ ਦੇ ਨਸ਼ੇ ਖਤਮ ਕਰਦੀ ਆ, ਪੰਜਾਬ ਦਾ ਸੰਵਿਧਾਨ ਨੂੰ, ਜਿਹੜਾ ਇੰਡੀਆ ਦਾ ਪੂਰਾ ਸੰਵਿਧਾਨ ਹੈ, ਉਹਨੂੰ ਕਦੀ ਛੇੜਖਾਨੀ ਨਹੀਂ ਹੋਊਗੀ, ਔਰ SC ਸਮਾਜ ਨੂੰ ਪਹਿਲੇ ਨੰਬਰ 'ਤੇ ਦਿੱਤਾ ਜਾਊਗਾ। ਮੈਂ ਵੀ ਆਪਣੀ ਵੋਟ ਉਹਨੂੰ ਪਾਊਂਗਾ ਕਿ ਜਿਹੜਾ ਇੱਦਾਂ ਦਾ ਕੰਮ ਕਰੂਗਾ। ਯਾਰ, ਸਾਡੇ ਕੋਲ ਪੈਸੇ ਵੀ ਹੈ ਨਹੀਂ, ਸਾਡੇ ਕੋਲ ਤੇ ਸਾਡੇ ਕੋਲ ਕੁਛ ਵੀ ਹੈ ਨਹੀਂ। ਉਹ ਕਹਿੰਦੇ ਤੁਹਾਨੂੰ ਪ੍ਰਧਾਨ, ਤੈਨੂੰ ਇੱਦਾਂ ਕਰ ਦੂਗੇ, ਤੈਨੂੰ ਉੱਦਾਂ ਕਰ ਦੂਗੇ, ਦੁਨੀਆ ਕਰੀ ਆਹ ਧਮਕੀਆਂ ਵੀ ਆਉਣ ਲੱਗ ਪਈਆਂ। ਵੈਸੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਮੈਂ ਸ਼ਿਕਾਇਤ ਦੇ ਦਿੱਤੀ ਕਿਸੇ ਨੂੰ? ਮੈਂ ਇਤਲਾਹ ਦੇਣੀ, DC ਸਾਹਿਬ ਨੂੰ ਦੇਣੀ ਆ, ਚੋਣ ਕਮਿਸ਼ਨਰ ਸਾਹਿਬ ਨੂੰ ਇਤਲਾਹ ਦੇਣੀ ਆ ਕਿ ਦੇਖੋ, ਤੁਹਾਡੇ ਆਪਾਂ ਇਲੈਕਸ਼ਨ ਲੜੇ, 6 ਇਲੈਕਸ਼ਨ ਲੜੇ ਆ, ਵੀ ਆਪਾਂ ਸਹੀ ਇਲੈਕਸ਼ਨ ਲੜੇ ਆ, ਇਮਾਨਦਾਰੀ ਇਲੈਕਸ਼ਨ ਲੜੇ ਆ, ਤੇ ਆਹ ਤੁਹਾਡੇ ਜਿਹੜੇ ਵੀ ਪਾਰਟੀ ਦੇ ਬੰਦੇ ਆ ਗਏ, ਮੈਨੂੰ ਨਹੀਂ ਪਤਾ ਕਿਹੜੇ ਮੁੱਦੇ ਲੈ ਕੇ ਚੱਲੇ ਹੋ। ਚਲੋ ਇਹ ਤੱਕ ਤੁਹਾਨੂੰ ਆ ਰਹੀ ਜੋ ਵੀ ਹੈ, ਤੁਸੀਂ ਸ਼ਿਕਾਇਤ ਵੀ ਦਿਓਗੇ, ਪਰ ਮੁੱਦੇ ਕਿਹੜੇ ਸੋਚ ਕੇ ਚੱਲੇ ਹੈਗੇ? ਉੱਥੇ ਜਾਓਗੇ ਅਗਰ ਚੋਣ ਪ੍ਰਚਾਰ ਕਰਦੇ, ਮੁੱਦੇ ਕੀ ਹੋਣ ਵਾਲੇ? ਦੇਖੋ ਜੀ, ਆਪਾਂ ਜਿੱਤ ਗਏ ਤੇ ਸਤਿਗੁਰ ਮਹਾਰਾਜ ਰਵਿਦਾਸ ਦੀ ਕਿਰਪਾ
ਸਤਿਗੁਰ ਸਾਡੇ ਰਵਿਦਾਸ ਮਹਾਰਾਜ ਦੀ ਕਿਰਪਾ ਵਾ, ਔਰ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਕਿਰਪਾ ਵਾ, ਲੋਕਾਂ ਦੇ ਦਿਲਾਂ ਦੇ ਵਿੱਚ ਨਾ ਵਸੇ ਤੇ ਜੁੱਤੀਆਂ ਮਾਰ ਕੇ ਉੱਥੋਂ ਸ਼ਹਿਰ ਚੋਂ ਕੱਢ ਦਿਓ ਸਾਨੂੰ ਬਾਹਰ। ਇਹ ਗਰੰਟੀ ਆ, ਕੋਈ ਮੰਤਰੀ ਕਿਹੜੇ ਕਰਾਉਂਗੇ, ਕੋਈ ਮੰਤਰੀ ਇਹ ਗੱਲ ਕੰਮ ਕਿਹੜੇ ਹੋਗੇ, ਯੂਪੀ ਚ ਕਿਹੜੇ ਕੰਮ ਹੋਣ ਵਾਲੇ, ਕੋਈ ਮੰਤਰੀ ਇੰਨੀ ਗੱਲ ਨਹੀਂ ਕਹੂਗਾ। ਆ ਜਿਹੜੇ ਆ ਮੰਤਰੀਆਂ ਦੇ ਚਮਚੇ ਆ ਨਾ, ਜਿਹੜੇ ਆ ਮੰਤਰੀਆਂ ਦੇ ਚਮਚੇ, ਇਹ ਖਾਲੀ ਧਮਕੀਆਂ ਹੀ ਦੇ ਸਕਦੇ ਆ, ਡਰਾ ਸਕਦੇ ਆ ਸਾਨੂੰ, ਸਾਨੂੰ ਡਰਾ ਸਕਦੇ ਆ, ਧਮਕੀਆਂ ਦੇ ਸਕਦੇ ਆ, ਇਹ ਆਪ ਕੁਛ ਨਹੀਂ ਕਰ ਸਕਦੇ। ਉਹਨਾਂ ਸਾਹਮਣੇ ਹਵਾ ਨਿਕਲ ਜਾਂਦੀ ਹੈ ਇਹਨਾਂ ਦੀ, ਤੇ ਸੱਚ ਨਾਲ ਲੜਨ ਦੀ ਹਿੰਮਤ ਨਹੀਂ ਹੈਗੀ ਕਿਸੇ ਦੀ। ਦੇਖੋ ਪਰ ਆਪਾਂ ਇਹ ਨਹੀਂ ਕਹਿ ਰਹੇ, ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ PM ਆ, ਉਹ ਅਸੀਂ ਉਹਨਾਂ ਨੂੰ ਥੋੜ੍ਹੀ ਥੋੜ੍ਹੀ, ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼, ਸਾਡੇ ਗੁਰੂ ਜਿੱਥੇ ਅਸੀਂ ਉੱਥੇ ਹਾਂ। ਨਹੀਂ ਪਰ ਤੁਹਾਡਾ ਇੱਕ ਵੀਡੀਓ ਬੜਾ ਵਾਇਰਲ ਹੁੰਦਾ, ਤੁਸੀਂ ਕਹਿੰਦੇ ਕਿ ਮੈਨੂੰ ਪ੍ਰਧਾਨ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਬਣਾ ਦਿਓ, ਕੁਛ ਕਰ ਦਿਓ, ਤੇ ਮੈਂ ਤਾਂ 2-4 ਦਿਨ 'ਚ ਹੀ ਜਿਹੜਾ ਸਾਰਾ ਕੁਝ 2-4 ਘੰਟਿਆਂ ਵਿੱਚ ਦੇਸ਼ ਅਮੀਰ ਕਰ ਦੂੰਗਾ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਤੇ। ਅੱਛਾ, ਕਿਹੜਾ ਫਾਰਮੂਲਾ ਇਦਾਂ ਦਾ ਜਿਹੜਾ? ਨਹੀਂ, ਇਹਨਾਂ ਨੂੰ ਦੱਸਣਾ ਨਹੀਂ ਹੈਗਾ, ਇਹਨਾਂ ਸਾਰੇ ਫਾਰਮੂਲੇ ਕਰਕੇ ਦੇਖ ਲਿਆ, ਹੁਣ ਮੇਰੇ ਫਾਰਮੂਲੇ ਕਰਨੇ ਆ। ਹਾਂ, ਮੈਂ ਤਾਂ 1 ਘੰਟੇ ਦੀ ਇੰਡੀਆ ਅਮੀਰ ਕਰ ਸਕਦਾ, ਪਰ ਮੈਂ 4 ਘੰਟੇ ਤਾਂ ਲੈਣੇ ਆ, ਕਿਉਂਕਿ ਇਹਨਾਂ ਨੇ ਬਾਅਦ ਚੋਂ ਕਹਿਣਾ ਵੀ ਤੁਹਾਨੂੰ ਦੱਸਿਆ ਕੋਈ ਇਦਾਂ ਦਾ ਤੇਰੇ ਕੋਲ ਫਾਰਮੂਲਾ ਸੀ। ਤੇ ਜਲੰਧਰ ਦੇ ਲੋਕਾਂ ਲਈ ਕੀ ਕਰੋਗੇ, ਕਿਉਂਕਿ ਜਲੰਧਰ 'ਚ ਪਿਛਲੇ ਵਾਰ ਬਾਈ ਇਲੈਕਸ਼ਨ 'ਚ ਚੰਗੀਆਂ ਕੁ ਵੋਟਾਂ ਪੈ ਗਈਆਂ ਤੁਹਾਨੂੰ? ਦੇਖੋ, ਰੱਬ ਦੇ ਘਰ ਵਾ, ਸਭ ਸਾਰਿਆਂ ਦੇ ਅੰਦਰ ਆਤਮਾ ਵਾ, ਉਹ ਰੱਬ ਸਾਰਿਆਂ ਅੰਦਰ ਵਸਦਾ। ਦੇਖੋ ਆਹ ਹਵਾ ਪਾਣੀ, ਆਹ ਜਿਹੜਾ ਦਿਨ ਚੜਿਆ ਵਾ, ਸਾਰਾ ਪਰਮਾਤਮਾ ਦੇ ਅਸਵਾਦ ਹੈ। ਨੀਟੂ ਸ਼ਟਰਾਂ ਵਾਲਾ ਕੁਝ ਵੀ ਨਹੀਂਗਾ, ਸਿਰਫ ਨੀਟੂ ਸ਼ਟਰਾਂ ਵਾਲੇ ਲੋਕੀ ਸਪੋਰਟ ਕਰਦੇ ਆ। ਔਰ ਮੈਂ ਕਹਿੰਦਾ ਜਿਹੜੇ ਵੀਡੀਓ ਦੇਖਦੇ ਪਏ, ਮੁੱਦੇ ਦੀ ਗੱਲ ਕਰਨੀ ਆਪਾਂ, ਜਲੰਧਰ 'ਚ ਕਿਹੜੇ ਮੁੱਦੇ ਲੱਗਦੇ ਹੈਗੇ, ਕਿਹੜੇ ਮੁੱਦਿਆਂ ਤੇ ਕੰਮ ਕਰਨਾ ਹੈਗਾ ਵਾ? ਦੇਖੋ, ਸਭ ਤੋਂ ਪਹਿਲੇ ਨਸ਼ਾ, ਹਾਂ, ਉਸ ਤੋਂ ਬਾਅਦ ਕਿ ਮਹਿਲਾ ਲੋਨ ਦਵਾਉਣਾ ਚਾਹੀਦਾ ਹਰ ਘਰ ਦੇ ਵਿੱਚ, ਕਿਉਂਕਿ ਹਰ ਘਰ ਦੇ ਵਿੱਚ ਕਾਰੋਬਾਰ ਹੈ ਨੀਗਾ। ਔਰ ਜੇ ਇੱਥੋਂ ਦੀ ਜਿਹੜੀਆਂ ਬਾਹਰ ਇੰਡਸਟਰੀਆਂ ਜਾਂਦੀਆਂ, ਉਹਨਾਂ ਨੂੰ ਬਹੁਤ ਘੱਟ GST ਦਾ, ਸਰਕਾਰ ਉਹਨਾਂ ਦੀ ਬਾਂਹ ਫੜਦੀ ਹੈ, ਆਪਣੇ ਕੋਲੋਂ ਪੈਸੇ ਦਿੰਦੀ ਹੈ, ਤੇ ਬਾਹਰ ਫੈਕਟਰੀਆਂ ਚਲ ਗਈਆਂ। ਪੰਜਾਬ ਵਿੱਚ ਕੋਈ ਫੈਕਟਰੀ ਨਹੀਂ, ਪੰਜਾਬ ਅੱਜ ਪਿੱਛੇ ਆ, ਪੰਜਾਬ ਸਾਡਾ ਉਹ ਵਿਛੜ ਗਿਆ ਸਿਆਰਾ, ਕਿ ਜੇ ਸਾਨੂੰ ਨੌਕਰੀ ਲੈਣੀ ਪਈ ਤੇ ਸਾਨੂੰ ਬਾਹਰ ਜਾਣਾ ਪਿਆ। ਉਹ ਜਿੰਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚੇ ਆ, ਸਾਰੇ ਤਕਰੀਬਨ ਬਾਹਰ ਗਏ। ਉਹ ਕਹਿੰਦੇ ਅਸੀਂ ਦੇਸ਼ ਤੇ ਰਹਿਣਾ ਨਹੀਂ, ਜਿਸ ਦੇਸ਼ 'ਚ ਗੁੰਡਾਗਰਦੀ, ਜਿਸ ਦੇਸ਼ 'ਚ ਮੰਤਰੀਆਂ ਦੇ ਚਮਚੇ, ਜਿਹੜਾ ਮੈਨੂੰ ਧਮਕੀ ਦੇ ਰਿਹਾ ਇੱਕ ਬੰਦਾ, ਚਮਚਾ ਕੋਈ ਮੰਤਰੀ ਦਾ, ਕੀ ਕਹਿੰਦਾ ਤੁਹਾਨੂੰ? ਕੀ ਇਹ ਜੀ, ਕਦੀ ਹਫਤਾ ਤੋਂ ਪਰੇਸ਼ਾਨ ਕਰਦਾ ਪਿਆ ਮੈਨੂੰ, ਕਦੀ ਕਹਿੰਦਾ ਤੂੰ ਵਾਰਾਣਸੀ ਨਹੀਂ ਜਾਣਾ, ਕਦੀ ਕਹਿੰਦਾ ਤੂੰ ਜਲੰਧਰ 'ਚ ਨਹੀਂ ਲੜਨਾ, ਹੁਣ ਕੱਲ ਕਹਿੰਦਾ ਮੈਂ ਅੰਮ੍ਰਿਤਸਰ ਤੋਂ ਬੋਲਦਾ ਪਿਆ, ਫਲਾਣੀਆਂ ਗੱਲਾਂ ਤੂੰ ਏਦਾਂ ਕਹਿਤੀਆਂ, ਟਿੰਗੜੀ ਗੱਲਾਂ ਤੂੰ ਏਦਾਂ ਕਹਿਤੀਆਂ, ਜਾਊ ਹੋ ਜਾਏਗਾ, ਬਹੁ ਹੋ ਜਾਏਗਾ। ਮੈਂ ਤਾਂ ਲੋਕਾਂ ਨੂੰ ਗੱਲ ਕਹਿਣਾ ਚਾਹੁੰਦਾ ਯਾਰ, ਜੇ ਤੁਸੀਂ ਮੈਨੂੰ ਚੱਕਿਆ ਹੋਣਾ, ਵੇ ਤੁਹਾਡੀ, ਮੈਂ ਕੁਛ ਨਹੀਂ ਗਾ, ਮੈਂ ਅੱਜ ਵੀ ਡਾਊਨ ਟੂ ਅਰਥ ਬੰਦਾ, ਉਹੀ ਬੰਦਾ ਵਾ। ਕੱਲ ਜੇ ਬਣਾ ਦੋਗੇ ਤਾਂ ਵੀ ਮੈਂ ਅੰਮ੍ਰਿਤਸਰ, ਮੇਰੀ ਵਾਈਫ ਆ, ਹੁਣ ਮੈਂ ਸ਼ੁਰੂਆਤ ਕਰਨ ਲੱਗਾ ਜੀ। ਸਭ ਤੋਂ ਪਹਿਲੇ ਲੁਧਿਆਣੇ 'ਚ ਟੀਟੂ ਬਾਣੀਆ, ਤੁਹਾਨੂੰ ਬਹੁਤ ਵੱਡੀ ਖਬਰ ਦੇਣ ਜਾ ਰਿਹਾ, ਟੀਟੂ ਬਾਣੀਆ ਵੀ ਇਲੈਕਸ਼ਨ ਲੜ ਸਕਦਾ ਲੁਧਿਆਣੇ ਦੇ ਵਿੱਚ, ਬਹੁਤ ਛੇਤੀ ਐਲਾਨ, ਵੱਡਾ ਐਲਾਨ ਹੈ ਇੱਕ। ਉਸ ਤੋਂ ਬਾਅਦ ਭਾਬੀ ਚੁੰਮਿਆਂ ਵਾਲੀ, ਉਹ ਵੀ ਇਲੈਕਸ਼ਨ ਲੜਦੀ ਉੱਥੇ। ਜੇ ਗੱਲ ਕਰੀਏ ਤੁਹਾਡੇ ਵੱਲੋਂ ਉੱਥੇ, ਦੇਖੋ ਦੋਨੇ ਸਾਡੇ ਵੱਲੋਂ, ਮੈਂ ਹੋਰ ਕੀ ਕਰਾਂ, ਇਹ ਤੇ ਇਲੈਕਸ਼ਨ ਹੈ, ਤਾਂ ਦੇਖੋ ਇਹਦਾ ਕੱਚੇ ਕੰਪੀਟੀਸ਼ਨ ਰਹੂਗਾ। ਇਹ ਸਰਕਾਰ ਜਿਹੜੀ, ਦੇਖੋ ਸੰਵਿਧਾਨ ਇਹ ਕਹਿੰਦਾ ਵੀ ਜਿੰਨੇ ਤੁਹਾਡੇ ਵੱਧ ਤੋਂ ਵੱਧ ਕੈਂਡੀਡੇਟ ਖੜੇ ਹੋਣਗੇ, ਸਰਕਾਰ ਉਹਨਾਂ ਹੀ ਦੇਖੇਗੀ ਕਿ ਵੱਧ ਤੋਂ ਵੱਧ ਕੈਂਡੀਡੇਟ, ਜੇ ਮੰਨ ਲਓ 60% ਬੰਦੇ ਸਰਕਾਰ ਦੇ ਨਾ, 40% ਓਪੋਜਿਟ ਹੋਣੇ ਚਾਹੀਦੇ ਆ, ਸੰਵਿਧਾਨ ਤਾਂ ਚੱਲਦਾ। ਨਹੀਂ 13 ਸੀਟਾਂ ਮੈਂ ਹੋਰ ਥਾਵਾਂ ਤੇ ਖੜਾਓ ਫਿਰ, ਤਾਂ ਸੰਵਿਧਾਨ ਚੱਲਦਾ। ਮੈਂ ਤੁਹਾਨੂੰ ਸਰਕਾਰ ਦੂਰ ਨਹੀਂ ਜਾ ਸਕਦਾ, ਪੰਜਾਬ 'ਚ ਕਹਿੰਦੇ ਆਪਾਂ ਲੜਨਾ, ਹੁਣ ਮੈਂ ਵਾਰਾਂ ਪੰਜਾਬ ਦੀਆਂ 13 ਸੀਟਾਂ, ਮੈਂ ਤੁਹਾਨੂੰ 13 ਦੇ 13 ਬੰਦੇ ਫਿੱਟ ਕਰਤੇ ਆਪਾਂ, 13 ਦੇ 13 ਬੰਦੇ ਫਿੱਟ ਹੋ ਗਏ। ਹੁਣ ਤੁਹਾਨੂੰ ਨਾਮ ਦੱਸਣ ਲੱਗਾ, ਭਾਬੀ ਚੁੰਮੇ ਵਾਲੀ, ਠੀਕ ਆ, ਹੋ ਸਕਿਆ ਵੀ ਟੀਟੂ ਬਾਣੀਆਂ ਲੁਧਿਆਣੇ ਤੋਂ ਬਹੁਤ ਛੇਤੀ ਐਲਾਨ ਵੱਡਾ ਕਰਨ ਲੱਗਾ ਵਾ। ਔਰ ਜੇ ਗੱਲ ਕਰੀਏ ਸਾਡਾ ਖੰਨੇ ਤੋਂ ਹੈਗਾ ਸਾਡਾ ਭੋਲਾ ਪੈਂਚਰਾਂ ਵਾਲਾ, ਔਰ ਜੇ ਫਰੀਦਕੋਟ ਦੀ ਗੱਲ ਕਰੀਏ, ਫਰੀਦਕੋਟ ਦੇ ਵਿੱਚ ਹੈਗਾ ਵਾ ਸ਼ਿੰਦਾ ਚਾਹ ਵਾਲਾ, ਕਿ ਜਿਹੜਾ ਮਿਹਨਤ ਕਰਕੇ ਅੱਗੇ ਆਇਆ ਬੰਦਾ, ਠੀਕ ਆ ਜੀ। ਜੇ ਗੱਲ ਕਰੀਏ ਅੰਮ੍ਰਿਤਸਰ ਤੋਂ ਮੇਰੀ ਵਾਈਫ, ਜਲੰਧਰ ਤੋਂ ਮੈਂ ਖੜਾ ਵਾ ਜੀ, ਔਰ ਜੇ ਗੱਲ ਕਰੀਏ ਕਿਤੋਂ
ਨਕੋਦਰ ਸ਼ਹਿਰ ਤੋਂ ਸੋਨੀਆ ਜੀ ਖੜੀ ਹੋ ਰਹੀ ਨਕੋਦਰ ਸ਼ਹਿਰ ਤੋਂ? ਜਲੰਧਰ ਤਾਂ ਪੂਰਾ ਇੱਕ ਜ਼ਿਲ੍ਹਾ ਹੈਗਾ ਨਾ, ਜ਼ਿਲ੍ਹੇ 'ਚ ਇੱਕੋ ਹੀ ਬੰਦਾ ਆਉਣਾ, ਦੋ ਦੋ ਚਾਰ ਚਾਰ ਬੰਦੇ ਖੜੇ ਹੋ ਰਹੇ, ਕੀ ਕਰੀ ਹੁਣ ਖੜੇ? ਜਿਹੜਾ ਜਿੱਤੂਗਾ ਜਿੱਤੂਗਾ, ਸੋਨੀਆ ਜੀ ਖੜੇ ਹੋ ਰਹੇ ਆ। ਔਰ ਜੇ ਗੱਲ ਕਰੀਏ ਵੱਡੀ ਹੋਰ ਖਬਰ, ਮੈਂ ਵਾਰਾਣਸੀ ਤੋਂ ਪੀਐਮ ਮੋਦੀ ਸਾਹਮਣੇ, ਉਹਨਾਂ ਦੇ ਸਾਹਮਣੇ ਨਹੀਂ ਲੜ ਰਿਹਾ, ਮੈਂ ਆਪਣੀ ਗੁਰੂਆਂ ਦੀ ਧਰਤੀ ਲੜ ਰਿਹਾ, ਮੈਂ ਆਪਣੇ ਗੁਰੂਆਂ ਦਾ ਆਸ਼ੀਰਵਾਦ ਲੈ ਰਿਹਾ। ਦੇਖੋ ਉਹਨਾਂ ਨੇ ਜਿੱਤਣਾ, ਉਹਨਾਂ ਨੇ ਆ, ਮੈਨੂੰ ਪਤਾ ਵਾ, ਮੈਨੂੰ ਜਿਤਾਊਗਾ? ਕਦੀ ਨੀ ਜਿਤਾਊਗਾ, ਕੋਈ ਨੀ ਜਿਤਾਊਗਾ, ਨਾ ਜਿਤਾ ਸਕਦਾ ਹੀ ਆ, ਕੋਈ ਜਿਤਾ ਨੀ ਸਕਦਾ, ਠੀਕ ਹੈ ਨਾ? ਜਿੱਤਣਾ ਉਹਨਾਂ ਨੇ ਸਾਰੀ ਅੰਮ੍ਰਿਤਸਰ ਤੋਂ ਤਾਂ ਹੀਰਾ ਪਨੀਰ ਵਾਲਾ ਵੀ ਕਹਿ ਰਿਹਾ ਵਾ ਕਿ ਮੈਂ ਵੀ ਲੜਨਾ। ਹੀਰਾ ਪਨੀਰ ਵਾ ਸਾਡਾ ਵੱਡਾ ਭਰਾ ਵਾ, ਉਹ ਵੀ ਖੜਾ ਹੋਵੇ, ਸਾਨੂੰ ਖੁਸ਼ੀ ਆ ਹੀਰਾ ਪਨੀਰ ਵਾਲਾ ਖੜਾ ਤੇ ਹੋਵੇ। ਇੱਕ ਇੰਟਰਵਿਊ ਤੁਸੀਂ ਕਹਿ ਰਹੇ ਹੋ ਮੈਂ ਤਾਂ ਆਸ਼ੀਰਵਾਦ ਮੰਗ ਰਿਹਾ ਸੀ, ਮੈਂ ਨਹੀਂ ਕਰਤਾ। ਨਹੀਂ ਨਹੀਂ, ਆਸ਼ੀਰਵਾਦ ਦੀ ਗੱਲ ਨਹੀਂ ਹੈਗੀ, ਗੱਲ ਏਦਾਂ ਜੋ ਜਿੱਤੂਗਾ ਨਾ ਬੰਦਾ, ਜੇ ਜਿੱਤੂਗਾ ਤੇ ਲੋਕੀ ਹੱਥ ਹੱਥ ਲਾਉਂਦੇ, ਮਹਾਰਾਜ ਕਿੱਦਾਂ ਜੀ, ਕਿੱਦਾਂ ਜੀ, ਕਿੱਦਾਂ ਜੀ, ਇਹ ਗੱਲ ਹੁੰਦੀ ਹੈ, ਖੁਸ਼ੀ ਹੁੰਦੀ ਹੈ, ਉਹਦਾ ਵੱਖਰੀ ਲਹਿਰ ਹੁੰਦੀ ਆ ਬੰਦੇ ਵਿੱਚ, ਉਦੋਂ ਸਾਰੇ ਬੰਦੇ ਆ ਕੇ। ਹੁਣ ਮੈਂ ਹੀਰਾ ਪਨੀਰ ਵਾਲੇ ਤੋਂ ਵੱਡਾ ਵਾਂ, ਮੈਂ ਉਮਰ ਤੋਂ ਵੱਡਾ ਵਾਂ, ਕਿ ਮੈਂ ਉਹਦੇ ਗੋਡੀਆਂ ਸਲਾਉਂਗਾ? ਤੁਸੀਂ ਦੱਸੋ ਬੰਦਾ ਮੇਰਾ, ਹਮੇਸ਼ਾ ਵੱਡੇ ਨੂੰ ਦਰਜਾ ਦੇਣਾ ਬੰਦਾ ਵਾ, ਮੈਂ ਉਹਦਾ ਵੱਡਾ ਭਰਾ ਵਾਂ, ਠੀਕ ਹੈ? ਜੇ ਮੈਂ ਉਹਦੇ ਲਾ ਦੂੰਗਾ, ਜੇ ਉਹ ਖੁਸ਼ ਮਤ ਆ, ਉਹ ਨੀ ਕੋਈ ਜਿੱਤੂਗਾ ਤਾਂ ਮੈਨੂੰ ਲਾਉਣਾ ਪੈਣਾ, ਕਿਉਂਕਿ ਮੈਂ ਕੰਮ ਕਰਾਉਣਾ ਉਹਦੇ ਕੋਲ। ਕੀ ਕੰਮ ਕਰਾਉਣਾ ਤੁਸੀਂ? ਮੰਨ ਲਓ ਕੋਈ ਕਾਗਜ਼ ਦਾ ਕੰਮ ਕਰਾਉਣਾ ਪੈ ਜਾਏਗਾ ਤੇ ਹੀਰਾ ਪਨੀਰ ਵਾਲੂ ਯਾਦ ਕਰੂੰਗਾ ਮੈਂ। ਗੱਲ ਇਹ ਆ ਕਿ ਟੌਪਿਕ ਇਹ ਜੇ ਜਿੱਤੂਗਾ, ਲੋਕੀ ਦੁਨੀਆ ਨੂੰ ਮੰਨਦੀ ਆ ਵੀ ਨਹੀਂ, ਪਰ ਤੁਹਾਡਾ ਮਾਈਂਡਸੈਟ ਨਹੀਂ ਹੈਗਾ ਕਿੱਥੋਂ ਤੁਸੀਂ ਵੀ ਸੀਟ ਜਿੱਤੋਗੇ, ਤੁਸੀਂ ਤਾਂ ਆਪਣੇ ਹੀ ਕੰਪੀਟਰ ਆਪਣੇ ਖਿਲਾਫ ਹੀ ਖੜੇ ਕਰਦੇ। ਨਹੀਂ ਨਹੀਂ ਨਹੀਂ, ਇਦਾਂ ਨਹੀਂ, ਇਹ ਨਹੀਂ ਹੁੰਦਾ, ਇਹ ਵੋਟ ਲੋਕਾਂ ਦਾ ਹੱਕ ਵਾ। ਜੇ ਲੀਡਰ ਬਣ ਸਕਦਾ ਤੇ ਵੋਟਰ ਕਿਉਂ ਨਹੀਂ ਬਣ ਸਕਦੇ? ਜੇ ਲੀਡਰ ਪਲਟੀ ਮਾਰੀ ਜਾਂਦੇ, ਕੋਈ ਇੱਧਰ ਜਾਈ ਜਾਂਦਾ, ਕੋਈ ਉੱਧਰ ਜਾਈ ਜਾਂਦਾ, ਉਹ ਜਨਤਾ ਦੀ ਵੋਟਾਂ ਹੀ ਵੇਚੀ ਜਾਂਦੇ ਪਏ ਆ, ਜਨਤਾ ਨੂੰ ਵੀ ਬਣਾਈ ਜਾਂਦੇ ਆ, ਇੱਦਾਂ ਕਰਕੇ ਹਨੇਰੀ ਬਣਾਈ ਜਾਂਦੇ ਪਏ, ਜਨਤਾ ਸੋਚਦੀ ਵੋਟ ਪਾਈਏ ਕਿਹਨੂੰ? ਉਹਨਾਂ ਨੇ ਸਭ ਨੇ ਇੱਕੋ ਮੁੱਦਾ, ਉਹ ਬੰਦਾ ਨੀਟੂ ਸ਼ਟਰਾਂ ਵਾਲਾ, ਜੇ ਵੋਟ ਬਚਣਾ, ਜੇ ਬਚਣਾ ਤੇ ਦੇਸ਼ ਦੀ ਜਿੰਨੀਆਂ ਵੋਟਾਂ ਪੈਣਗੀਆਂ, ਜੇ ਮੈਨੂੰ ਇੱਕ ਸੀਟ ਵੀ ਨਿਕਲਦੀ ਹੈ ਨਾ, ਜੇ ਮੈਂ ਤੁਹਾਡਾ ਮੁੱਲ ਨਾ ਮੋੜਿਆ, ਜੁੱਤੀ ਲਾ ਲਾ ਕੇ ਮੇਰੇ ਮੂੰਹ ਦੇ ਉੱਤੇ ਕਾਲੇ ਜੇ ਮੂੰਹ ਦੇ ਉੱਤੇ ਮਾਰਿਓ। ਨੀਟੂ ਵੱਡੀ ਗੱਲ ਕਹਿ ਰਹੇ ਹੋ, ਮੈਂ ਕਿਹਾ ਸਭ ਤੋਂ ਬਹੁਤ ਵੱਡੀ ਗੱਲ ਕਹਿ ਰਿਹਾ, ਅਗਰ ਜੇ ਤੁਹਾਡਾ ਮੁੱਲ ਨਾ ਮੋੜਿਆ, ਦੁਨੀਆ ਦੇ ਵਿੱਚ ਇੱਕ ਇੱਕ ਬੰਦਾ ਜਿਹੜਾ ਮੈਨੂੰ ਵੋਟ ਪਾਏਗਾ ਨਾ, ਉਹ ਵੀਡੀਓ ਬਣਾ ਕੇ ਪਾਏਗਾ ਕਿ ਮੈਂ ਨੀਟੂ ਸ਼ਟਰਾਂ ਵਾਲੇ ਵੋਟ ਪਾਈ ਸੀਗੀ, ਆ ਜਿਹੜਾ ਕੰਮ ਕੀਤਾ ਨੀਟੂ ਸ਼ਟਰਾਂ ਵਾਲੇ ਨੇ, ਮੈਂ ਵੋਟ ਪਾਈ ਹੈ ਤੇ ਨੀਟੂ ਸ਼ਟਰਾਂ ਵਾਲੇ ਜਿੱਤਿਆ। ਇਹ ਤੁਹਾਡਾ ਸਾਡਾ ਵੱਡਾ ਐਲਾਨ ਆ, ਇਹ ਕੈਮਰੇ ਸਾਹਮਣੇ ਮੈਂ ਭੌਂਕ ਨਹੀਂ ਰਿਹਾ, ਇਹ ਮੈਂ ਕੈਮਰੇ ਸਾਹਮਣੇ ਬੋਲ ਨਹੀਂ ਰਿਹਾ, ਇਹ ਦਿਲੋਂ ਬੋਲ ਰਿਹਾ। ਕੋਈ ਮੰਤਰੀ ਇੰਨੀ ਗੱਲ ਨਹੀਂ ਕਹੂਗਾ, ਕੋਈ ਸੰਤਰੀ ਇੰਨੀ ਗੱਲ ਨਹੀਂ ਕਹੂਗਾ, ਕਿਉਂਕਿ ਮੈਂ ਦੁਖੀ ਹੋ ਗਿਆ, ਮੇਰਾ 10 ਸਾਲ ਹੋ ਗਿਆ ਨੀਲਾ ਕਾਰਡ ਬੰਦ ਕਰਾਤਾ ਗਿਆ, ਜੇ ਮੈਂ 4-5 ਖਾਤੇ ਖੋਲੇ ਸੀ ਇਲੈਕਸ਼ਨ ਕਰਕੇ ਨੋਟਿਸ ਭੇਜ ਦਿੱਤਾ ਜਾਂਦੇ ਆ, ਜੇ ਮੈਂ ਦੁਖੀ ਹੋ ਗਏ, ਪਰੇਸ਼ਾਨ ਹੋ ਗਿਆ ਮੈਂ ਇਹਨਾਂ ਤੋਂ, ਯਾਰ ਮੈਂ ਕੀ ਕਰਾਂ, ਮੇਰੇ ਬੱਚੇ ਨੂੰ ਸਕੂਲ ਚੋਂ ਬਾਹਰ ਕੱਢਿਆ ਜਾਂਦਾ, ਆਹ ਇਹਨਾਂ ਦੇ ਕਾਨੂੰਨ ਆ, ਆਹ ਇਹਨਾਂ ਦਾ ਸੰਵਿਧਾਨ, ਉਹ ਯਾਰ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਇਹ ਖੜਾ ਕਰਨ ਵਾਸਤੇ ਤਾਂ ਹੀ ਅਸੀਂ ਖੜੇ ਹੋਏ, ਸਾਡਾ ਸੰਵਿਧਾਨ ਲੈ ਕੇ ਚੱਲਣਾ ਅੱਗੇ, ਹੁਣ ਸਾਡੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ, ਅਸੀਂ ਉਹ ਸੱਚ ਕਰਕੇ ਦਿਖਾਉਣਾ, ਹਰ ਜਗ੍ਹਾ ਤੇ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਫੋਟੋ ਹੋਵੇ, ਸਾਡੇ ਸੰਵਿਧਾਨ ਦੀ ਫੋਟੋ ਹੋਵੇ, ਸਾਡੇ ਸੰਵਿਧਾਨ ਨੂੰ ਮੰਨਿਆ ਜਾਵੇ। ਬਸ ਇਹੋ ਆਖਰੀ ਸਵਾਲ ਹੈ, ਕੈਮਰੇ ਵੱਲ ਦੇਖ ਕੇ ਦੱਸ ਦਿਓ ਕਿਹੜੇ ਕਿਹੜੇ ਜਿਹੜੇ ਤੁਹਾਡੇ ਦਾਅਵੇ ਹੋਣਗੇ, ਕਿਹੜੇ ਕਿਹੜੇ ਹੋਣਗੇ ਤਾਂ ਅਗਰ ਜਿੱਤਦੇ ਉਹ ਪੂਰੇ ਹੋਣਗੇ? ਹਲੋ ਹਲੋ, ਇਹਨੂੰ ਛੱਡ ਦਿਓ ਤੁਸੀਂ, ਉਦਾਂ ਹੀ ਬੋਲੋ। ਨਹੀਂ ਯਾਰ, ਦੇਖੋ ਇੱਥੇ ਲਿਖਿਆ ਹੈਗਾ ਸਾਰਾ, ਤੁਸੀਂ ਬੋਲ ਦਿਓ ਇੱਕ ਵਾਰੀ ਕਿਹੜੇ ਮੋਟੇ ਮੋਟੇ। ਨਹੀਂ, ਪੰਜਾਬੀ ਨਹੀਂ ਨਾ ਆਉਂਦੀ, ਪੰਜਾਬ 'ਚ ਤੁਸੀਂ ਅਗਰ ਖੜੇ ਹੋ ਰਹੇ ਹੋ ਤਾਂ ਪੰਜਾਬੀ ਨਹੀਂ ਆਉਂਦੀ ਹੈਗੀ। ਆਉਂਦੀ ਆ, ਤੁਹਾਨੂੰ ਲੇਟ ਪੜਿਆ ਜਾਊਗਾ ਫਿਰ। ਅੱਛਾ, ਉਹ ਜੋ ਮਤਲਬ ਇੰਨਾ ਨਹੀਂ, ਇੰਨੀ ਪੜ੍ਹਾਈ ਦਾ ਐਕਸਪੀਰੀਅੰਸ ਨਹੀਂ ਹੈਗਾ, 3-3 ਫੇਲ ਆ ਮੈਂ, ਹੌਲੀ ਹੌਲੀ ਪੜ੍ਹੂੰਗਾ ਫਿਰ, ਉਹਦੇ ਉੱਪਰ ਲੋਕਾਂ ਨੇ ਕਹਿਣਾ ਯਾਰ ਇਹ ਬੜਾ ਹੌਲੀ ਸਲੋ ਸਲੋ ਪੜ੍ਹਦਾ ਵਾ। ਪਰ ਜਦੋਂ ਤੁਸੀਂ ਇੱਕ ਉਮੀਦਵਾਰ ਹੋ, ਤੁਸੀਂ ਲਿਖਵਾਏ ਤਾਂ ਹੋਣੇ ਭਾਜੀ। ਆ ਦੇਖੋ, ਖੁਦ ਬੋਲ ਦਿਓ, ਕੋਈ ਗੱਲ ਨਹੀਂ, ਸਾਰੇ ਕਿਹੜੇ ਕੰਮ ਕਰਾਉਣਗੇ, ਕਿਹੜਾ ਮਹਿਲਾਵਾਂ ਵਾਸਤੇ ਕਰੋਗੇ? ਬੇਰੋਜ਼ਗਾਰ, ਬੇਰੋਜ਼ਗਾਰ ਵਾਲਿਆਂ ਨੂੰ 10-10 ਹਜ਼ਾਰ ਰੁਪਇਆ ਮਹੀਨੇ ਦਾ ਰੱਖਿਆ ਜਾਏਗਾ। ਚਲੋ ਕੋਈ ਗੱਲ ਨਹੀਂ, ਤੁਸੀਂ ਮੈਨੂੰ ਲੱਗਦਾ ਮੇਨ ਮੇਨ ਗੱਲ ਤੇ ਆ, ਤੈਨੂੰ ਛੱਡ ਦੋ, ਤੁਸੀਂ ਇਹਨੂੰ ਪਰਚੀ ਛੱਡ ਦੋ, ਸਾਡੇ ਸਾਰੇ ਮੁੱਦੇ ਲਿਖੇ ਪਏ ਜੀ, ਤੇ ਹੌਲੀ ਹੌਲੀ ਯਾਦ ਕਰ ਲਾਂਗੇ, ਯਾਦ ਕਰਕੇ ਵੀ ਦੱਸਾਂਗੇ। ਪਰ ਇਹ ਕਿ ਸਾਡੇ ਦੇਸ਼ ਵਿੱਚ
ਜੇ ਕਾਰੋਬਾਰ ਨਾ ਹੋਊਗਾ ਜਾਂ ਮੈਨੂੰ ਇੱਕ ਵਾਰੀ ਬਣਾ ਕੇ ਦੇਖੋ, ਇੱਕ ਮੌਕਾ ਦੇ ਦੇਖੋ, ਸਾਰੀ ਦੁਨੀਆਂ ਨੂੰ ਇੱਕ ਮੌਕਾ ਦੇ ਦਿਓ, ਇੱਕ ਮੌਕਾ ਮੈਨੂੰ ਵੀ ਦੇ ਕੇ ਦੇਖੋ, ਮੈਂ ਗੱਲ ਕਹੂੰਗਾ ਵਧੀਆ ਗੱਲ ਨਹੀਂ ਹੋਊਗਾ ਤਾਂ ਜੁੱਤੀਆਂ ਚੱਕ ਕੇ ਤੁਹਾਡੀ ਜੁੱਤੀਆਂ ਮੇਰਾ ਸਿਰ ਹੋਊਗਾ। ਕੋਈ ਮੰਤਰੀ, ਕੋਈ ਵੀ ਦੇਸ਼ ਦਾ ਮੰਤਰੀ, ਕੋਈ MLA, ਕੋਈ MPLE, ਕੋਈ ਕੌਂਸਲਰ, ਕੋਈ ਪ੍ਰਧਾਨ, ਕੋਈ ਤੁਹਾਨੂੰ ਸਰਪੰਚ ਇੰਨੀ ਗੱਲ ਨਹੀਂ ਕਹੂਗਾ, ਕਿਉਂਕਿ ਉਹ ਵਾਅਦੇ ਮੁੱਕਰ ਜਾਂਦੇ ਆ। ਮੈਂ ਵੀ ਇੰਨੀ ਗੱਲ ਕਦੀ ਨਹੀਂ ਕਹੂੰਗਾ ਕਿ ਤੁਹਾਡੇ ਕੌਣ 'ਚ ਇੰਨੇ ਪੈਸੇ ਆਉਂਗੇ, ਤੁਹਾਡੇ ਕੌਣ 'ਚ ਇੰਨੇ ਜਾਊਗੇ, ਨਹੀਂ ਵਾਅਦਾ ਕਰੂੰਗਾ। ਪਰ ਮੈਂ ਜੋ ਕੰਮ ਕਰਕੇ ਦਿਖਾਊਂਗਾ, ਇਤਿਹਾਸ ਕਾਇਮ ਕਰ ਦੂੰਗਾ। ਦੁਨੀਆਂ ਦੇ ਵਿੱਚ ਇੱਦਾਂ ਦੇ ਕੰਮ ਨਹੀਂ ਕੀਤੇ ਨੇ। 5 ਕਰੋੜ ਰੁਪਇਆ ਮਿਲਦਾ ਇੱਕ MP ਨੂੰ ਸਾਲ ਦਾ ਕਿ ਆਪਣੇ ਸ਼ਹਿਰ ਵਾਸੀਆਂ ਦੇ ਵਿੱਚ ਲਾਉਣ ਵਾਸਤੇ, ਉਹ ਜੋ ਨਹੀਂ ਦੱਸਦੇ, ਪਤਾ ਨਹੀਂ 500 ਕਰੋੜ ਰੁਪਇਆ ਅੰਦਰ ਉੱਦਾਂ ਖਾਤੇ ਜਾਂਦਾ, ਉਹ ਵੀ ਨਹੀਂ ਦੱਸਦੇ। ਪਰ ਤੁਸੀਂ ਇੱਕ ਮੌਕਾ ਇੱਕ ਵਾਰ ਦੇ ਕੇ ਦੇਖੋ, ਜੇ ਦੁਬਾਰਾ ਕਿਸੇ ਨੂੰ ਵੋਟ ਪਾ ਗਏ ਨਾ ਤੇ ਲੱਖ ਲਾਂਤਾ ਮੇਰੇ। ਠੀਕ ਹੈ, ਤੇ ਸਾਡੇ ਨਾਲ ਨੀਟੂ ਸ਼ਟਰਾਂ ਵਾਲੇ ਮੌਜੂਦ ਸੀਗੇ, ਜਿਹਨਾਂ ਦੱਸਿਆ ਕਿ ਅਗਰ ਉਹ ਚੋਣਾਂ ਜਿੱਤਦੇ ਹੈ ਤੇ ਉਹ ਦਾਅਵੇ ਨਾਲ ਕਹਿੰਦੇ ਕਿ ਮੈਂ ਉੱਦਾਂ ਦੇ ਕੰਮ ਕਰਕੇ ਦਿਖਾਊਂਗਾ ਕਿ ਇਤਿਹਾਸ ਵਿੱਚ ਲੋਕ ਮੇਰਾ ਨਾਮ ਯਾਦ ਰੱਖਣਗੇ।